ਪਾਗਤ ਸੀਸ ਨਿਵਾਵਾਂ ਪਕੜ ਥੇ ਜਾਲੀ ਚੁੰਮਾ ਹੋਵੇ ਚੁੰਮਾ ਅੱਖੀ ਨਾਲ ਮੌਲ ਦਿਖਾਵੀ ਓ ਦੂਰੀ ਧੁੰਮਾ ਹੋਵੇ ਚੁੰਮਾ ਸਾਰੀ ਡਿਊਟੀ ਸਿਕਿਉਰਿਟੀ ਦੀ ਹੀ ਮਤਲਬ ਸੱਚ ਬਿਲਦਾ ਆ ਫਿਰ ਹਰ ਦਮ ਕੋਲ ਹੋਵਾ ਵਨ ਮਹਬੂਬ ਦੇ ਕਦਮੇ ਸੁਮਾ ਹੋਵੇ ਜੁਮਾ ਸਰੇ ਲਾ ਮਕਾਂ ਚ ਤਲਬ ਹੋਈ ਸੁਵੇ ਮੁਲਤਹਾ ਵੋ ਚੱਲੇ ਲਬੀ ਕੋਈ ਹੱਦ ਹੈ ਕੇ ਉਹ ਰੋਜ ਕੀ ਬਲਗਲ ਉਲਾ ਬੇ ਕਮਾਲ ਹੀ ਮੇਰਾਜ ਦੋ ਧੁਮ ਧਾਮ ਉਰਾ ਦਾ ਚਰਚਾ ਆਮ ਹਾ ਜਿਬਰੀ ਲਹਾ ਤਾ ਗੁਲਾਮ ਹਾ ਬਲਗਲ ਉਲਾ ਬੇ ਕਮਾਲ ਹੀ ਧੁਮ ਪੀਆਂ ਮੁਲਕਾਂ ਦੇ ਵਿੱਚ ਹੋ ਕੇ ਮਿਲੇ ਫਲਕਾਂ ਦੇ ਵਿੱਚ ਆਇਆ ਗਿਆ ਪਲਕਾਂ ਦੇ ਵਿੱਚ ਕਸ਼ਫਤ ਦੂਜਾ ਜਮਾਲ ਹੀ ਹਾਲੀ ਨਾ ਵੇ ਤਲ ਗਿਆ ਜਿਹੜਾ ਗਿਆ ਉਹ ਤਲ ਗਿਆ ਪਰ ਜੋਸ ਸਿੱਖਦਾ ਮਰ ਗਿਆ ਹਸੁਨ ਜਮੀ ਓਖੀ ਸਾਲੀ ਅਬੂ ਜਾ ਲਵੇ ਮੁੱਠ ਕਕਰੇ ਪਾ ਆਖੇ ਦਸ ਰਬੀ ਹੇ ਜੋ ਕਿਆ ਕਕਰੇ ਹਟਾ ਵਿੱਚ ਬੋਲ ਪਏ ਸੱਲੂ ਵਾਲੇ ਵਾਲੀ ਨਬੀ ਸੀ ਨੇ ਗੁਲਾਮੋ ਸ਼ਮਾ ਦੇ ਸਾਲਾ ਦੇ ਪਰਵਾਨੋ ਬੜੀ ਕਰਮ ਨਵਾਜ਼ੀ ਹੈ ਅੱਲਾ ਪਾਕ ਦੀ ਸੋਹਣੇ ਨਬੀ ਪਾਕ ਦੀ ਈ ਦਰ ਤੇ ਆਵਣ ਦੀ ਤੋਫੀਕ ਦਿੱਤੀ ਸੀ ਕੁਰਾਨ ਪਾਕ ਦਾ ਬਿਹਤਰੀਨ ਬਿਆਨ ਜਿਹਨਾਂ ਕਲੇਜਾ ਠਰੇ ਉੱਚ ਆਵਾਜ਼ ਨਾਲ ਬੋਲੇ ਰੱਬ ਦੇ ਕੁਰਾਨ ਦਾ ਬਿਆਨ ਹੈ ਅੱਗੇ ਚੰਗੀ ਨਾ ਆਉਂਦੀ ਇਹਦੀ ਆਵਾਜ਼ ਫਿਰ ਨਾ ਆਉਂਦੀ ਬੱਠੀ ਤੇ ਕਿਹੜੀ ਕਿਆ ਖੋਲ ਚਲੋ ਇੱਕੋ ਬੰਦ ਕਰ ਦਿਓ ਸਿਰ ਆਵਾਜ਼ ਖੋਲਿਓ ਮੈਂ ਕੁਰਾਨ ਪਾਕ ਵਿੱਚੋਂ ਚੰਦ ਹੀਰੇ ਤੇ ਮੋਤੀ ਦੇਵਣ ਚਾਹਨਾ ਇੱਕੋ ਬੰਦ ਹੋਵੇ ਸਫ਼ਾ ਜਿਹੜਾ ਹੀਰੇ ਤੇ ਮੋਤੀ ਸੁਣਨ ਚੰਦ ਹੈ ਜਿਹਦਾ ਦਿਲ ਲਾ ਦੇ ਮੈਂ ਕੁਰਾਨ ਸੁਣਾ ਜਿਹਦਾ ਹਾਂ ਦੇ ਮੈਂ ਕੁਰਾਨ ਸੁਣਾ ਕੁਰਾਨ ਸੁਣਨ ਨਾਲ ਫਾਇਦਾ ਕਿਆ ਤੀਨ ਹੈ ਜਿਹੜਾ ਕੁਰਾਨ ਮਜੀਦ ਕੋ ਸੁਣਦਾ ਹੈ ਕਬਰ ਠਰ ਪਾਉਂਦੀ ਹੈ ਜਿਹੜਾ ਕੁਰਾਨ ਮਜੀਦ ਕੋ ਸੁਣਦਾ ਹੈ ਉਹਦੇ ਗੁਨਾਹ ਮਾਫ਼ ਥੀ ਵੇਨਨ ਜਿਹੜਾ ਕੁਰਾਨ ਮਜੀਦ ਕੋ ਸੁਣਦਾ ਹੈ ਉਹਦਾ ਦਿਮਾਗ ਪਾਕ ਥੀ ਵੇਂਦਾ ਹੈ ਉਹਦਾ ਦਿਲ ਪਾਕ ਥੀ ਵੇਂਦਾ ਹੈ ਇਵੇਂ ਸੋਹਣਾ ਤੇ ਸਾਫ਼ ਥੀ ਵੇਂਦਾ ਹੈ ਸੁਬਹਾਨ ਅੱਲਾ ਨਬੀ ਇਸ ਮਿਸਾਲ ਵੀ ਦਿੱਤੀ ਹੈ ਆਪ ਫਰਮਾਏ ਜਿਵੇਂ ਕੋਈ ਲੂਹ ਹੈ ਤੂੰ ਜੰਗ ਚੜ੍ਹ ਵੇਂਦਾ ਹੈ ਅਤੇ ਰੇਤੀ ਨਾਲ ਸਾਫ਼ ਕਰਨਾ ਪਾਉਂਦਾ ਹੈ ਅਤੇ ਇਵੇਂ ਗੁਨਾਹ ਕਰਨਾ ਦਿਲ 'ਤੇ ਜੰਗਾ ਚੜ੍ਹ ਵੇਂਦਾ ਦਿਲ ਕਾਲਾ ਥੀ ਵੇਂਦਾ ਹੈ ਜਿਹੜਾ ਚਾਹੁੰਦੇ ਮੇਰਾ ਦਿਲ ਸੋਹਣਾ ਥੀ ਵਣੇ ਉਹ ਰੱਬ ਦੇ ਕੁਰਾਨ ਕੋ ਪੜ੍ਹੇ ਵੇ ਸੀ ਸੁਣੇ ਵੇ ਸੀ ਦੇਖੋ ਜਿਵੇਂ ਮੈਂ ਜ਼ੋਰ ਨਹੀਂ ਬੈਠਾ ਤੁਸੀਂ ਵੀ ਜ਼ੋਰ ਲਾ ਕੇ ਬੋਲੋ ਉੱਚਵਾਸ ਨਾਲ ਕੁਰਾਨ ਪਾਕ ਦਾ ਦਰਸ ਹੈ ਮੈਂ ਸੁਣਾ ਕੁਰਾਨ 'ਚੋਂ ਸੋਹਣਾ ਬਿਆਨ ਦੇਵਣ ਚਾਹੁੰਦਾ ਅੱਲਾ ਸੀ ਕੁਰਾਨ ਪਾਕ ਕੋ ਭੇਜਿਆ ਨਾਜ਼ਿਲ ਕੁਰਾਨ ਪਾਕ ਕੋ ਅੱਲਾ ਕੀਤਾ ਇਹ ਅੱਲਾ ਸੀ ਭੇਜਿਆ ਆਪਣੀ ਕਿਤਾਬ ਕੋ ਕੁਰਾਨ ਮਜੀਦ ਕੋ ਅੱਲਾ ਬਿਹਤਰ ਜਾਣਦਾ ਹੈ ਜਿਤਨਾ ਕੁਰਾਨ ਨੂੰ ਖੁਦਾ ਜਾਣਦੇ ਤੁਸੀਂ ਅਸੀਂ ਨਹੀਂ ਜਾਣਦੇ ਕਿਤਾਬ ਹੁੰਦੀ ਹੈ ਅੱਲਾ ਸੀ ਤੈਂ ਕੁਰਾਨ ਪਾਕ ਕੋ ਭੇਜਿਆ ਹੈ ਕਿਆ ਬੜਾ ਕੇ ਭੇਜੀ ਸੁਣਦੇ ਹੋ ਕੁਰਾਨ ਮਜੀਦ ਕਿਆ ਚੀਜ਼ ਹੈ ਕੁਰਾਨ ਮਜੀਦ ਕੋ ਨਾਜ਼ਿਲ ਜੋ ਕੀਤੀ ਕਿਆ ਬੜਾ ਕੇ ਨਾਜ਼ਿਲ ਕੀਤੀ ਰੱਬ ਦਾ ਕੁਰਾਨ ਠਰਸੀ ਈਮਾਨ ਤਾਦਾ ਥੀ ਸੀ ਈਮਾਨ ਉੱਚੀ ਬੋਲ ਸੁਭਾਨ ਅੱਲਾ ਕੁਰਾਨ ਚ ਆਖੇ ਵਨੁਨਜ਼ਿਲੁ ਮਿਨਲ ਕੁਰਾਨ
نازل کی تیمی میں قرآن کو قرآن میں نازل کی تیم اللہ پاک بھیجے اللہ پاک کا سنا رب کریمہ